ਬਗਦਾਦ ਦੀ ਧਰਤੀ 'ਤੇ ਫਿਰ ਸਵਾਲ ਪੁੱਛਿਆ ਕਿ ਜਦ ਤੁਹਾਨੂੰ ਪਤਾ ਕਿ ਇੱਥੇ ਸੰਗੀਤ ਮੋਮਨੂ ਆ, ਮਤਲਬ ਉੱਥੇ ਨਹੀਂ ਵਜਾਇਆ ਜਾ ਸਕਦਾ, ਫਿਰ ਤੁਸੀਂ ਇਹ ਸੰਗੀਤ ਕਿਉਂ ਵਜਾਇਆ ਪਬਲਿਕ ਵਿੱਚ? ਇਤਿਹਾਸ ਲਿਖਦਾ ਕਿ ਉਸ ਵੇਲੇ ਦਾ 8000 ਬੰਦਾ ਇਕੱਠਾ ਹੋ ਗਿਆ ਸਤਿਗੁਰ ਨੂੰ ਸੰਗ ਛਾਰ ਕਰਨ ਲਈ, ਭਾਵ ਕੇ ਪੱਥਰ ਮਾਰ ਮਾਰ ਕੇ ਬੰਦੇ ਨੂੰ ਮਾਰ ਦੇਣਾ। ਆਖੋ ਸਤਨਾਮ ਵਾਹਿਗੁਰੂ। ਪਾਤਸ਼ਾਹ ਕਹਿੰਦੇ ਦਸਤਗੀਰ, ਪਾਤਸ਼ਾਹ ਕਹਿਣ ਲੱਗੇ ਸੰਗੀਤ ਬੁਰਾ ਨਹੀਂ, ਸਤਿਗੁਰ ਨੇ ਰਬਾਬੀ ਨੂੰ ਨਾਲ ਲਿਆ, ਦੱਸੀ ਸੰਗੀਤ ਦੀ ਮਹਿਮਾ, ਉਖੜੇ ਹੋਏ ਮਨ ਨੂੰ ਹੁਲਾਰਾ ਦਿੰਦਾ ਤੇ ਸੌਖਾ ਹੋ ਜਾਂਦਾ ਨਾਮ ਨਾਲ ਜੁੜਨਾ। ਦਸਤਗੀਰ, ਸਵਾਲ ਇਹ ਨਹੀਂ ਕਿ ਸੰਗੀਤ ਬੁਰਾ ਹੈ, ਸਵਾਲ ਇੱਥੇ ਆ ਕਿ ਵੱਜਦਾ ਕਿੱਥੇ ਆ? ਕਿਸੇ ਕੋਠੇ ਤੇ ਤਾਂ ਨਹੀਂ ਵੱਜਦਾ ਨਾਚ ਲਈ? ਆਖੋ ਸਤਨਾਮ ਵਾਹਿਗੁਰੂ। ਸੰਗੀਤ ਬੁਰਾ ਨਹੀਂ, ਨੀਤ ਬੁਰੀ ਆ। ਆਖੋ ਸਤਨਾਮ ਵਾਹਿਗੁਰੂ। ਇਹ ਸੰਗੀਤ ਤੇ ਪਰਮੇਸ਼ਰ ਨੂੰ ਜੋੜਦਾ, ਪਰ ਤੁਸੀਂ ਤੇ ਨਾਚ ਨਚਾਉਣੇ ਕੋਠਿਆਂ ਤੇ ਸ਼ੁਰੂ ਕਰ ਦਿੱਤੇ। ਤੁਹਾਡਾ ਪ੍ਰਯੋਗ ਗਲਤ ਆ। ਉਹ ਰੁੱਤ ਭਲੀ, ਉਹ ਰਾਗ ਭਲਾ, ਉਹ ਸੰਗੀਤ ਭਲਾ ਜਿਸ ਦੇ ਨਾਲ ਪਰਮੇਸ਼ਰ ਯਾਦ ਆ ਜਾਏ, ਖੁਦਾ ਯਾਦ ਆ ਜਾਏ, ਪਰਮਾਤਮਾ ਯਾਦ ਆ ਜਾਏ। ਬਾਬਾ ਹੀਰਾ ਸਿੰਘ ਜੀ, ਬੜੀ ਕਿਰਪਾ ਹੈ ਮਹਾਂਪੁਰਖ ਸਤਿਗੁਰ ਦੀ, ਉਹਨਾਂ ਦੇ ਮਹਾਨ ਕੀਰਤਨੀ ਹੈ, ਭਾਰਤ ਵਰਸ਼ ਦੇ ਮਸ਼ਹੂਰ ਕੀਰਤਨੀ ਸਨ ਇਹਨਾਂ ਦੇ ਪਿਤਾ ਜੀ। ਕਈ ਵਾਰੀ ਨਹੀਂ ਸਮਝ ਵੀ ਆਉਂਦੀ, ਪਰ ਸੰਗੀਤ ਕਿਤੇ ਹੋਵੇ, ਜਾਣਕਾਰ ਹੋਵੇ, ਤੁਸੀਂ ਸੁਣਦੇ ਹੋ ਨਾ, ਸੰਗੀਤ ਨਾਲ ਸੌਖਾ ਮਨ ਜੁੜਦਾ। ਆਖੋ ਸਤਨਾਮ ਵਾਹਿਗੁਰੂ।